ਇਧਰ ਕਿਉਂ ਬੈਠੇ ਹੋ? ਇਹ ਜਗ੍ਹਾ ਠੰਡੀ ਆ, ਮੈਂ ਰੋਜ਼ਾ ਠੰਡਾ ਕਰਨ ਲੱਗੀ ਆ। ਅੱਛਾ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਮੈਂ ਤੁਹਾਡੀ ਪਿੰਡ ਜੈ ਪਠਾਣੀ, ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ। ਲਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਆ ਅੱਜ ਦਾ ਵਲੌਗ। ਅੱਜ ਬਿਲਾਲ ਦਾ ਰੋਜ਼ਾ ਵਾ ਤੇ ਹਜੇ ਤੀਕਰ ਉਹਨੇ ਕੋਈ ਚੀਜ਼ ਨਹੀਂ ਖਾਧੀ, ਤੇ ਦੂਸਰਾ ਬਾਹਰ ਨਿਕਲਿਆ ਵਾ। ਮੇਰੇ ਖਿਆਲ ਹੈ ਬੱਚਿਆਂ ਨਾਲ ਨਾ ਖੇਲਣ ਗਿਆ ਵਾ, ਮੈਂ ਕਿਹਾ ਬਾਹਰ ਨਾ ਜਾਈ, ਮੈਂ ਕਿਹਾ ਤੈਨੂੰ ਰੋਜ਼ਾ ਲੱਗ ਜਾਣਾ। ਫਿਰ ਹਾਲਤਾਂ ਹਜੇ ਬਿਲਕੁਲ ਸਹੀ ਆ, ਤੇ ਮੈਂ ਨਾ ਥੋੜ੍ਹਾ ਕੰਮ ਸੀਗਾ, ਮੈਨੂੰ ਉੱਪਰ ਕੰਮ ਕਰਦੀ ਸੀਗੀ ਮੈਂ। ਫਿਰ ਬਿਲਾਲ ਦੇ ਪਾਪਾ ਨੂੰ ਆਵਾਜ਼ ਮਾਰੀ, ਮੈਂ ਆਖਿਆ ਆਣ ਕੇ ਨਾ ਵੀਡੀਓ ਥੋੜ੍ਹੀ ਜਿਹੀ ਬਣਾ ਲਾ, ਤੇ ਨਾਲ ਦੇ ਨਾਲ ਮੈਂ ਆਖਿਆ ਘਰ ਦਾ ਕੰਮ ਵੀ ਬੰਦੇ ਨੂੰ ਕਰਨਾ ਚਾਹੀਦਾ ਵਾ, ਤੇ ਰੋਜ਼ਾ ਵੀ ਆ, ਚੱਲਦੇ ਹਾਂ ਉੱਪਰ। ਤੇ ਥੋੜ੍ਹਾ ਨਾ ਮੈਨੂੰ ਇੱਕ ਚੀਜ਼ ਨਜ਼ਰ ਆਈ ਹੈ ਵੀ ਉਹ ਨਾ ਥੋੜ੍ਹੀ ਉਲਟ ਪੁਲਟ ਹੋਈ ਆ, ਮੈਂ ਕਿਹਾ ਚਲੋ ਉਹ ਸਾਫ਼ ਕਰ ਲੈਂਦੇ ਹਾਂ। ਮੇਰੀ ਨੌਂ ਜਿਹੜੀ ਆ ਨਾ ਉਹਨੇ ਨਾ ਬਰਤਨ ਬੁਰਤਨ ਲਾ ਦਿੱਤੇ ਆ, ਉਹ ਲੱਗੀ ਆ ਧੋਣ ਬਰਤਨ, ਤੇ ਮੈਂ ਨਾ ਉੱਠਦੀ ਹਾਂ ਇੱਥੋਂ। Thank you.
ਜੇ ਇਦਾਂ ਦੀ ਪੀੜੀ ਲੈਣ ਤੇ ਉੱਥੋਂ ਸਾਨੂੰ ਸੋਫੇ ਪਸੰਦ ਆ ਗਏ, ਅਸੀਂ ਸੋਫੇ ਲੈ ਆਂਦੇ। ਜੀ ਆ ਦੂਸਰਾ ਲਾਲ ਦੇ ਪਾਪਾ ਕੋਲ ਨਾ ਮੈਂ ਮੰਗਵਾਇਆ ਦੂਸਰਾ ਜਾਮੀ ਸ਼ਰੀਫ ਦੀ ਬੋਤਲ, ਇਹ ਨੂੰ ਫਸਦਾ ਹਨ ਤੇ ਇਹ ਨਾ ਵੈਸੇ ਵੀ ਸ਼ਾਮ ਨੂੰ ਨਾ ਵੈਸੇ ਤਾਂ ਪਿਆਸ ਨਹੀਂ ਬੰਦੇ ਨੂੰ ਮਹਿਸੂਸ ਹੋਣੀ, ਲੇਕਿਨ ਰੋਜ਼ਾ ਹੋਵੇ ਨਾ ਤੇ ਥੋੜ੍ਹੀ ਬਹੁਤੀ ਕਮੀ ਮਹਿਸੂਸ ਹੁੰਦੀ ਆ ਤੇ ਇਹ ਨਾ ਮੰਗਵਾਇਆ ਵਾ ਮੈਂ ਕਿਹਾ ਇਹ ਵੀ ਦੂਸਰਾ ਲੈ ਕੇ ਆਓ ਤੇ ਨਾਲ ਲੈ ਕੇ ਆਈ ਆ ਖਜੂਰਾਂ, ਖਜੂਰਾਂ ਜਿਹੜੀਆਂ ਨਾ ਉਹ ਅਸੀਂ ਲੈ ਕੇ ਨਹੀਂ ਸੀ ਆਏ, ਨਾਲ ਕੁਛ ਬੇਸਣ ਆ ਤੇ ਕੁਛ ਨਾ ਇੱਦਾਂ ਜਿਹੜੇ ਛੋਟੇ ਛੋਟੇ ਸੌਦੇ ਆ ਨਾ ਉਹ ਲਿਆਉਂਦੇ ਆ ਤੇ ਇਹਨਾਂ ਰੱਖਦੇ ਹਾਂ ਦੂਸਰਾ ਸੁਬਹਾ ਨਾ ਫਿਰ ਸੋਰੀ ਸੁਬਹਾ ਕਹਿੰਦੇ ਸ਼ਾਮ ਨੂੰ ਅਫਤਾਰੀ ਦੇ ਵਿੱਚ ਨਾ ਦੂਸਰਾ ਖਜੂਰਾਂ ਤੇ ਤਾਂ ਫਿਰ ਜ਼ਾਹਿਰ ਆ ਇਹਦੇ ਤੋਂ ਬਗੈਰ ਤਾਂ ਫਿਰ ਅਫਤਾਰੀ ਅਧੂਰੀ ਆ, ਪਕੌੜੇ ਹੋ ਗਏ ਆ, ਸਮੋਸੇ ਸਮੋਸੇ ਤਾਂ ਅਸੀਂ ਨਹੀਂ ਦੂਸਰਾ ਕਦੀ ਬਣਾਏ ਨਾ ਖਾਧੇ ਆ ਤੇ ਪਕੌੜੇ ਜਿਹੜੇ ਆ ਨਾ ਉਹ ਲਾਜ਼ਮੀ ਬਣਾਵਾਂਗੇ। ਉਹ ਨਹੀਂ ਲੈ ਕੇ ਤੁਸੀਂ ਕੀ ਇਹ ਕੀ ਉਹਨੂੰ ਕਹਿੰਦੇ ਆ ਪਾਲਕ, ਪਾਲਕ ਤੁਸੀਂ ਮੈਨੂੰ ਕਿਹਾ ਹੀ ਨਹੀਂ। ਜੀ ਹਾਂ ਨਮਾਜ਼ ਪੜ੍ਹ ਕੇ ਆਈ ਹਾਂ, ਹੁਣ ਨਾ ਤਿਆਰੀ ਕਰਨ ਲੱਗੇ ਹਾਂ ਦੂਸਰਾ ਅਫਤਾਰੀ ਦੀ। ਮੈਂ ਕਿਹਾ ਥੋੜ੍ਹੇ ਜਿਹੇ ਨਾ ਪਕੌੜੇ ਬਣਾ ਲਈਏ, ਪਕੌੜਿਆਂ ਤੋਂ ਬਗੈਰ ਤਾਂ ਦਸਤਰਖਾਨ ਜਿਹੜਾ ਵਾ ਨਾ ਅਫਤਾਰੀ ਦਾ ਉਹ ਅਧੂਰਾ ਵਾ, ਇਹ ਪਕੌੜਿਆਂ ਦੇ ਨਾਲ ਤਾਂ ਦਸਤਰਖਾਨ ਸੱਜ ਜਾਂਦਾ ਵਾ। ਪਾਲਕ ਦੀ ਮੌਸਮ ਚਲੀ ਗਈ ਹੈ ਨਾ, ਮੌਸਮ ਨਹੀਂ ਰਹੀ ਬਹੁਤ ਇੰਨੇ ਪੱਤੇ ਜੇ ਹੈ, ਮੈਂ ਕਹਾਂ ਇੰਨੇ ਬਹੁਤ। ਹਾਂ ਬਸ ਥੋੜ੍ਹੇ ਜਿਹੇ ਤਾਂ ਛੁਰੀ ਤਾਂ ਤੇਜ਼ ਕਰਕੇ ਦੇਣੀ ਸੀ। ਲਿਓ ਹਲਾ ਉਹ ਤੇ ਦੀਵਾਰ ਤੇ ਮਾਰ ਕੇ ਪਕੌੜਿਆਂ ਦੇ ਵਿੱਚ ਨਾ ਮੈਂ ਇਹਦੇ ਵਿੱਚ ਪਾਏ ਆ ਆਲੂ ਜਿਹੜੇ ਆ ਨਾ ਉਹ ਕੱਦੂਕੱਚ ਕੀਤੇ ਆ ਅਤੇ ਨਾਲ ਪਾਲਕ ਪਾਈ ਆ, ਸੁੱਕੀ ਮੇਥੀ ਪਾਈ ਆ, ਨਮਕ ਪਾਇਆ, ਲਾਲ ਮਿਰਚਾਂ, ਸੁੱਕਾ ਧਨੀਆ ਵਾ ਅਤੇ ਪਿਆਜ਼ ਆ ਅਤੇ ਮਿਰਚਾਂ ਜਿਹੜੀਆਂ ਨਾ ਉਹ ਮੈਂ ਘੱਟ ਹੀ ਪਾਵਾਂਗੀ, ਜ਼ਿਆਦੀਆਂ ਮਿਰਚਾਂ ਮੈਂ ਨਹੀਂ ਪਾਉਣੀਆਂ। ਪਿਆਜ਼ ਜਿਹੜਾ ਵਾ ਨਾ ਇਹਦੇ ਵਿੱਚ ਭਾਵੇਂ ਜੀ ਚੀਨੀ ਜਿਹੜੀ ਹੈ ਨਾ ਮੈਂ ਦੂਸਰਾ ਪਾਣੀ 'ਚ ਪਾ ਲਿਆ ਅਤੇ ਹੁਣ ਨਾ ਮੈਂ ਰੂਫ ਅਫਸ ਜਿਹੜਾ ਨਾ ਉਹ ਪਾਵਾਂਗੀ ਅਤੇ ਇਹ ਨਾ ਥੋੜ੍ਹੀ ਦੇਰ ਇਸੇ ਤਰ੍ਹਾਂ ਹੀ ਰੱਖਾਂਗੀ, ਇਹਨਾਂ ਦੇਰ ਦੇ ਵਿੱਚ ਨਾ ਮੈਂ ਪਕੌੜੇ ਬਣਾਵਾਂਗੀ ਅਤੇ ਮੇਰੀ ਨੂੰਹ ਜਿਹੜੀ ਹੈ ਨਾ ਉਹ ਨਾ ਫਿਰ ਬਾਅਦ ਵਿੱਚ ਨਾ ਚੀਨੀ ਜਿਹੜੀ ਹੈ ਨਾ ਉਹ ਪੋਹੇ ਦੇ ਨਾਲ ਇਸ ਤਰ੍ਹਾਂ ਖਿਲਾ ਕੇ ਅਤੇ ਬਣਾ ਲਏਗੀ ਰੂਫ ਅਫਸ।
ਮਸ਼ਾਅੱਲਾ ਅੱਗ ਨਾ ਬਲ ਗਈ ਆ ਤੇ ਘਿਓ ਗਰਮ ਹੋ ਜਾਵੇ ਨਾ ਜੀ ਮਸ਼ਾਅੱਲਾ ਘਿਓ ਗਰਮ ਹੋ ਗਿਆ ਵਾ ਇਹਦੇ ਵਿੱਚ ਨਾ ਪਹਿਲਾਂ ਪਕੌੜਾ ਬਣਾਉਣ ਲੱਗੀ ਹਾਂ ਬਿਸਮਿਲ੍ਲਾ ਰਹਿਮਾਨ ਰਹੀਮ ਇਸ ਮਸਾਲੇ ਦੇ ਵਿੱਚ ਨਾ ਮੈਂ ਇੱਕ ਕਤਰਾ ਪਾਣੀ ਦਾ ਨਹੀਂ ਪਾਇਆ ਜਿਹੜੇ ਆਹ ਕੱਦੂ ਘਰ ਅਸੀਂ ਕੀਤੇ ਆ ਨਾ ਆਲੂ ਉਹਨਾਂ ਦਾ ਅਤੇ ਪਾਲਕ ਜਿਹੜਾ ਧੋਤਾ ਸੀ ਉਹਨਾਂ ਦਾ ਹੀ ਦੂਸਰਾ ਪਾਣੀ ਦੇ ਵਿੱਚ ਨਾ ਮੈਂ ਮਿਕਸ ਕੀਤਾ ਵਾ ਮਸਾਲਾ ਮਾਸ਼ਾਅੱਲਾ ਪਕੌੜਿਆਂ ਦਾ ਇੱਕ ਪੂਰ ਤਿਆਰ ਹੋ ਗਿਆ ਵਾ।